ਸਤਿ ਸ਼੍ਰੀ ਅਕਾਲ ਜੀ। ਜੰਗਲੀ ਜੀਵ ਸੈਂਚਰੀ ਦਾ ਜਿਹੜਾ ਏਰੀਆ ਹੈ ਉਹ ਤਕਰੀਬਨ 86 ਸਕੇਅਰ ਕਿਲੋਮੀਟਰ ਹੈ। ਇਹ ਜਿਹੜਾ ਏਰੀਆ ਹੈ ਇਸਦਾ ਫਿਰੋਜ਼ਪੁਰ, ਕਪੂਰਥਲਾ, ਤਰਨ ਤਾਰਨ ਜਿਹੜੀਆਂ ਹੱਦਾਂ ਨਾਲ ਲੱਗਦਾ ਹੈ, ਜਿਹੜਾ ਜਿਸ ਗੱਲ ਕਰਕੇ ਮਸ਼ਹੂਰ ਹੈ ਵੀ ਇੱਥੇ ਸਤਲੁਜ ਅਤੇ ਬਿਆਸ ਦਾ ਜਿਹੜਾ ਸੰਗਮ ਹੁੰਦਾ ਹੈ। ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਜਦੋਂ ਆਪਣਾ ਸਰਦੀਆਂ ਦੇ ਮੌਸਮ ਇੱਥੇ ਆਉਂਦਾ, ਹਜ਼ਾਰਾਂ ਦੀ ਗਿਣਤੀ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਪ੍ਰਵਾਸੀ ਪੰਛੀ ਹੈ ਜਿਹੜੇ ਇੱਥੇ ਪਹੁੰਚ ਜਾਂਦੇ ਨੇ। ਤਕਰੀਬਨ ਸਤੰਬਰ ਅਕਤੂਬਰ ਵਿੱਚ ਉਹਨਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਮਾਰਚ ਦੇ ਮਹੀਨੇ ਤੱਕ ਜਿਹੜੇ ਉਹ ਆਪਣੇ ਪੰਛੀ ਜਿਹੜੇ ਆਪਣੇ ਇੱਥੇ ਰਹਿੰਦੇ ਨੇ। ਮੇਨ ਜਿਹੜਾ ਉਹਨਾਂ ਦਾ ਕਾਰਨ ਹੈਗਾ ਜਿਹੜਾ ਇੱਥੇ ਆਉਣ ਦਾ, ਉਹ ਹੈਗਾ ਵੀ ਉਹ ਆਪਣੀ ਭੋਜਨ ਅਤੇ ਆਪਣੇ ਚੰਗਾ ਪ੍ਰਵਾਸ ਕਰਨ ਦੇ ਇੱਥੇ ਲੱਭਦੇ ਲੱਭਦੇ ਜਿਹੜਾ ਆਪਣੇ ਇੱਥੇ ਹਰੀਕੇ ਉਹਨਾਂ ਨੂੰ ਜਿਹੜਾ ਵਧੀਆ ਭੋਜਨ ਅਤੇ ਨੈਸਟਿੰਗ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਹੈ, ਇਸ ਕਰਕੇ ਉਹ ਆਪਣਾ ਇੱਥੇ ਰਹਿੰਦੇ ਨੇ ਅਤੇ ਫੀਡਿੰਗ ਉਹ ਨੈਚੁਰਲੀ ਆਪਣੀ ਸੈਂਚਰੀ ਏਰੀਆ ਦੇ ਵਿੱਚੋਂ ਕਰ ਲੈਂਦੇ ਨੇ ਅਤੇ ਆਪਣਾ ਮਾਰਚ ਵਿੱਚ ਦੇ ਸਮੇਂ ਦੇ ਵਿੱਚ ਆਪਣਾ ਵਾਪਸ ਚਲੇ ਜਾਂਦੇ ਨੇ। ਗੱਲ ਕੀਤੀ ਜਾਵੇ ਕਿਹੜੇ ਕਿਹੜੇ ਦੇਸ਼ਾਂ ਤੋਂ ਜਿਹੜਾ ਪ੍ਰੋਵਾਈਡ ਕਰਕੇ ਕਿੰਨੀ ਕੁ ਦੂਰੀ ਤੋਂ ਇਹ ਆਉਂਦੇ ਆ? ਇਹ ਲਗਭਗ ਆਪਣਾ ਰਸ਼ੀਆ, ਸਾਈਬੇਰੀਆ, ਯੂਰਪ ਕੰਟਰੀ ਜਿਹੜੇ ਠੰਡੇ ਮੁਲਕ ਨੇ, ਤਾਂ ਮਤਲਬ ਸਨੋ ਬਰਫ਼ ਜੰਮ ਜਾਂਦੀ ਜਿੱਥੇ ਉਹਨਾਂ ਦਾ ਮਤਲਬ ਫੂਡ ਅਤੇ ਜਿਹੜਾ ਉਹਨਾਂ ਦਾ ਰਹਿਣ ਬਸੇਰਾ ਬਾਅਦ 'ਚ ਔਖਾ ਹੋ ਜਾਂਦਾ ਅਤੇ ਹਜ਼ਾਰਾਂ ਦੀ ਕਿਲੋਮੀਟਰਾਂ ਦੇ ਵਿੱਚ ਹੀ ਆਪਣਾ ਜਿਹੜਾ ਸਫ਼ਰ ਤੈਅ ਕਰਕੇ ਜਿਹੜਾ ਆਪਣੇ ਇੱਥੇ ਪਹੁੰਚਦੇ ਨੇ। ਕਿੰਨਾ ਚਿਰ ਇਹਨਾਂ ਦਾ ਠਹਿਰਾਅ, ਕਿੰਨੇ ਮਹੀਨੇ ਰਹਿ ਜਾਂਦਾ ਹੈ? ਲਗਭਗ 4-5 ਮਹੀਨੇ ਰਹਿੰਦੇ ਆ ਜੀ ਇੱਥੇ। ਜਦੋਂ ਆਪਣੇ ਇੱਥੇ ਗਰਮੀ ਦਾ ਮੌਸਮ ਸਟਾਰਟ ਹੋ ਜਾਂਦਾ ਉਦੋਂ ਆਪਣਾ ਇਹਨਾਂ ਦੇ ਜਿਹੜੇ ਕਲਾਈਮੇਟ ਜਿਹੜਾ ਆਪਣਾ ਉਹਨਾਂ ਲਈ ਅਨੁਕੂਲ ਨਹੀਂ ਰਹਿੰਦਾ ਗਾ, ਉਦੋਂ ਬਾਅਦ ਵਿੱਚ ਇਹ ਵਾਪਸ ਇਹਨਾਂ ਸ਼ੁਰੂ ਕਰ ਦਿੰਦੇ ਨੇ। ਅਤੇ ਕਿਹੜੇ ਕਿਹੜੇ ਇੱਥੇ ਜਿਹੜੇ ਮੇਨ ਪੰਛੀ ਜਿਹੜੇ ਆਉਂਦੇ ਨੇ? ਮੇਨ ਪੰਛੀ ਕੋਮਨ ਕੂਟੀ, ਗਰੇਲ ਹੈ, ਗੀਸ, ਬਾਰਡਡ ਗੀਸ, ਨੋਰਦਨ ਸ਼ਾਵਲਰ ਹੈ, ਕੋਮਨ ਟੀਲ ਹੈ, ਕਾਰਮੋਨੈਂਟ ਹੈ, ਵਿਜ਼ਨ ਹੈ, ਅਤੇ ਇਸੇ ਤਰ੍ਹਾਂ ਹੀ ਆਪਣੇ ਬਹੁਤ ਸਾਰੇ ਪੰਛੀ, ਮਾਰਸ਼ ਹੈਰੀਅਰ ਹੈ, ਓਸਪਰੇ ਹੈ, ਤੋ ਬਹੁਤ ਸਾਰੀਆਂ ਡਕਸ ਨੇ। ਲਗਭਗ 90-94 ਕਿਸਮ ਦੇ ਜਿਹੜੇ ਆਪਣੇ ਹਰ ਸਾਲ ਪੰਛੀ ਆਉਂਦੇ ਨੇ, ਜਿਹਨਾਂ ਦੀ ਗਿਣਤੀ ਆਪਣਾ ਜਨਵਰੀ ਮਹੀਨੇ ਵਿੱਚ ਗਿਣਤੀ ਕੀਤੀ ਜਾਂਦੀ ਹੈ। ਵਿਭਾਗ LOWWF ਵਿਭਾਗ ਦੇ ਸਹਿਯੋਗ ਨਾਲ ਜਿਹੜੇ ਦੇਸ਼ ਆਪਣੇ ਜਿਹੜੇ ਦੇਸ਼ ਦੇ ਮਾਹਰ ਜਿਹੜੇ ਪੰਛੀ ਨੇ, ਪੰਛੀਆਂ ਦੀ ਗਿਣਤੀ 'ਚ ਮਾਹਰ ਦਾ ਸਹਿਯੋਗ ਲੈ ਕੇ ਜਿਹੜੀ ਗਿਣਤੀ ਕੀਤੀ ਜਾਂਦੀ ਹੈ, ਤੋ ਉਸ ਤੋਂ ਬਾਅਦ ਸਾਨੂੰ ਜਿਹੜਾ ਪਤਾ ਲੱਗਦਾ ਵੀ ਡਾਟਾ ਕਿਹੜੀਆਂ ਕਿਹੜੀਆਂ ਕਿਸਮਾਂ ਆਈ ਅਤੇ ਕਿਹੜੀ ਕਿੰਨੀ ਗਿਣਤੀ ਜਿਹੜੀ ਆਈ ਆ। ਇਹਨਾਂ ਸਾਂਭ ਸੰਭਾਲ ਵਾਸਤੇ ਕੋਈ ਕੀ ਉਪਰਾਲੇ ਕੀਤੇ ਜਾਂਦੇ ਪੰਛੀਆਂ? ਸਾਂਭ ਸੰਭਾਲ, ਇਹਨਾਂ ਦੀ ਸਾਂਭ ਸੰਭਾਲ ਵਾਸਤੇ ਪ੍ਰੋਟੈਕਸ਼ਨ ਜਿੰਨੀ ਅਸੀਂ ਇਹਨਾਂ ਦੀ ਪ੍ਰੋਟੈਕਸ਼ਨ ਕਰਦੇ ਹਾਂ, ਜਿਹੜੀ ਦਿਨ ਰਾਤ ਗਸ਼ਤ ਕੀਤੀ ਜਾਂਦੀ ਹੈ ਮੇਰੇ ਸਟਾਫ ਵੱਲੋਂ, ਵਣ ਗਾਰਡਾਂ ਵੱਲੋਂ, ਡੇਲੀ ਵੇਜ ਵਰਕਰਾਂ ਵੱਲੋਂ ਅਤੇ ਬਲਾਕ ਅਫਸਰ ਵੱਲੋਂ ਜਿਹੜੀ ਦਿਨ ਰਾਤ ਗਸ਼ਤ ਕੀਤੀ ਜਾਂਦੀ ਹੈ। ਸਰਕਾਰੀ ਮੋਟਰ ਬੋਟਸ ਨੇ ਉਹਨਾਂ ਰਾਹੀਂ ਗਸ਼ਤ ਕੀਤੀ ਜਾਂਦੀ ਵੀ ਕੋਈ ਕਿਸੇ ਕਿਸਮ ਦਾ ਵੀ ਇਹਨਾਂ ਨੂੰ ਜਿਹੜਾ ਉਹ ਨੁਕਸਾਨ ਨਾ ਹੋਵੇ, ਅਗਰ ਸਾਨੂੰ ਕੋਈ ਨੁਕਸਾਨ ਕਰਦਾ ਜਾਂ ਸਾਡੀ ਧਿਆਨ 'ਚ ਵੀ ਆਉਂਦਾ, ਉਹਦੇ ਖਿਲਾਫ਼ ਜਾਂ ਜੰਗਲੀ ਜੀਵ ਸੁਰੱਖਿਆ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਅਤੇ ਜੇਕਰ ਗੱਲ ਕਰੀਏ ਸੈਲਾਨੀਆਂ ਦੀ, ਸੈਲਾਨੀਆਂ ਦੀ ਆਮਦ ਹੁੰਦੀ ਹੈ ਕਿ ਜਾਂ ਬੰਦ ਹੈ ਆਮਦ? ਨਹੀਂ, ਸੈਲਾਨੀ ਸੈਲਾਨੀ ਦੀ ਹਰ ਸਾਲ ਹੀ ਮਤਲਬ ਆਮਦ ਵੱਧ ਰਹੀ ਹੈ ਉਹਨਾਂ ਦੀ, ਜਿਵੇਂ ਜਿਵੇਂ ਮਤਲਬ ਹਰੀਕੇ ਵਾਈਲਡ ਲਾਈਫ ਸੈਂਚਰੀ ਦਾ ਨਾਮ ਚੱਲ ਰਿਹਾ ਅਤੇ ਉਵੇਂ ਉਵੇਂ ਆਪਣਾ ਸੈਲਾਨੀ ਹਰ ਸਾਲ ਹੀ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਪੰਛੀ ਦੇਖਣ ਲਈ।